ਬਿਲਕੁਲ ਸਹੀ। ਦੂਸਰੀ ਗੱਲ ਮੈਨੂੰ ਭਾਈ ਦਾ ਕਿਉਂਕਿ ਜ਼ਿਕਰ ਹੈ ਕੋ ਤਾਲੁਕ ਹੈ ਕਿ ਨਹੀਂ ਔਰ ਤਾਲੁਕ ਦੀ ਕਿੰਨੀ ਕੋ ਗਹਿਰਾਈ ਯਾਰ ਉਹਦੇ ਦੀ ਗੱਲ ਬੈਠ ਰਹਾ ਹਾਂ ਇਹਦੀ ਇੱਕ ਮੇਰੀ ਗੱਲ ਕਰੀ ਹੋਇਆ ਉਹ ਤਾਲੁਕ ਦੀ ਕਿੰਨੀ ਗਹਿਰਾਈ ਹੈ ਉਹਦੇ ਵਿੱਚ ਮੇਰਾ ਖਿਆਲ ਹੈ ਕਿ ਇਜਾਜ਼ ਸਾਹਿਬ ਜ਼ਿਆਦਾ ਗਵਾਹ ਨੇ ਔਰ ਤੁਸੀਂ ਵੀ ਜ਼ਾਰੇ ਸਾਰੇ ਅਜੀਬ ਦਾਨਿਸ਼ਵਰ ਇਕੱਠੇ ਵਾਸਲ ਸਾਹਿਬ ਦਾ ਜੋ ਮਨੂ ਭਾਈ ਨਾਲ ਅਦਬ ਇਤਰਾਮ ਤਾਲੁਕ ਮਗਰ ਮੈਂ ਵੀ ਇੱਕ ਗਵਾਹੀ ਦੇ ਲੱਗਾ ਮਨੂ ਭਾਈ ਦੇ ਬਾਰੇ ਔਰ ਇਹ ਵੀ ਬਾਅਦ ਅਸ ਹਯਾਤ ਬਾਅਦ ਅਸ ਮਮਾਤ ਦੀ ਗੱਲ ਹੈ ਜਿਹੜੀ ਮਨੂ ਭਾਈ ਦੀ ਹੁੰਦਾ ਸੁਣਾ ਲੈਂਦਾ ਉਹ ਜਨਾਬ ਇਸ ਤਰ੍ਹਾਂ ਕਿ 2000 ਤੋਂ ਬਾਅਦ ਸਨ 2000 ਤੋਂ ਬਾਅਦ ਇਹ ਗੁਜਰਾਲ ਵਿੱਚ ਨਾ ਜੀ ਉਹ ਜਿਹੜਾ ਨਾ ਜੀ ਸਾਡਾ ਕਲੱਬ ਜਿਹੜੀ ਆਫੀਸਰ ਕਲੱਬ ਉਹਦਾ ਨਾ ਜੀ ਉਹ ਸਦਰ ਮੁੰਤਖਬ ਹੋਇਆ ਇਹ ਖੁਰਮ ਦਸਤਗੀਰ ਨੂਨ ਲੀਗ ਵਾਲੇ ਮੇਰਾ ਕਿਉਂਕਿ ਉਹਨਾਂ ਦੇ ਨਾਲ ਸ਼ਨਾ ਸਾਈ ਉਹਨਾਂ ਨੂੰ ਪਤਾ ਸੀ ਕਿ ਗੁਜਰਾਲ ਵਿੱਚ ਦੋ ਸੈਮੀਨਾਰ ਵਾਸਤਵ ਸਾਹਿਬ ਦੀ ਯਾਦ ਚ ਹੋ ਚੁੱਕੇ ਨੇ ਤੇ ਮੈਨੂੰ ਭਾਈ ਦੋਨੋਂ ਦਫ਼ਾ ਤਸ਼ਰੀਫ ਲਿਆਏ ਨੇ ਤੇ ਉਹ ਆਪਣੀ ਉਸ ਕਲੱਬ ਨੂੰ ਨਾ ਜੀ ਉਹ ਇੱਕ ਇਲਮੋ ਅਦਬੀ ਐਕਟੀਵਿਟੀ ਵੀ ਕਰਨ ਦਾ ਉਹਨਾਂ ਦੇ ਅੰਦਰ ਜਜ਼ਬਾ ਅੱਛਾ ਉਹ ਖੁਰਮ ਦਸਤਗੀਰ ਨੇ ਮੈਨੂੰ ਕਿਹਾ ਕਿ ਜਨਾਬ ਮੈਨੂੰ ਭਾਈ ਕੋਲੋਂ ਟਾਈਮ ਲਵੋ ਅੱਜ ਅਸੀਂ ਇੱਕ ਨਾਈਟ ਸ਼ਾਮ ਜਿਹੜੀ ਨਾ ਆਫੀਸਰ ਕਲੱਬ 'ਚ ਮਨਾਉਣਾ ਚਾਹੁੰਦੇ ਮੈਂ ਮੈਨੂੰ ਭਾਈ ਨੂੰ ਫੋਨ ਕੀਤਾ ਮੈਂ ਕਿਹਾ ਜਨਾਬ ਗੁਜਰਾਲ ਇਸ ਤਰ੍ਹਾਂ ਇੱਕ ਕਲੱਬ ਹੈ ਆਫੀਸਰ ਕਲੱਬ ਅਤੇ ਉਹਦੇ 'ਚ ਇੱਕ ਵਿਸ਼ੇਸ਼ ਤੇ ਤੁਹਾਡੇ ਨਾਮ ਸ਼ਾਮ ਰੱਖਣਾ ਚਾਹ ਰਿਹਾ ਅਤੇ ਉਹਨਾਂ ਕਿਹਾ ਜੀ ਠੀਕ ਹੈ ਜੀ ਤੁਸੀਂ ਰੱਖ ਲਓ ਟਾਈਮ ਉਹ ਕਾਰਡ ਸ਼ਾਰਡ ਛੱਪਿਆ ਸਾਰਾ ਉਹ ਮੈਨੂੰ ਭਾਈ ਜਨਾਬ ਗੁਜਰਾਲੇ ਤਸ਼ਰੀਫ ਲਿਆਏ ਉਹਨਾਂ ਨੂੰ ਵਾਪਸ ਛੱਡਣ ਵਾਸਤੇ ਮੈਂ ਉਹਨਾਂ ਨਾਲ ਹਮ ਸਫ਼ਰ ਹੋਇਆ ਦੇਖਿਆ ਨਾ ਕਿ ਵਾਸਿਫ ਸਾਹਿਬ ਦੀ ਮੁੜ ਚੁੜ ਗੱਲ ਕਰੀ ਦਿਲਚਸਪੀ ਹੈ ਉਹਨੇ ਕਿਹਾ ਯਾਰ ਤੇ ਮੈਂ ਇੱਕ ਗੱਲ ਆਪਕੋ ਸੁਣਾਤਾ ਹੂੰ ਮੈਂ ਕਿਹਾ ਜੀ ਸੁਣਾ ਕਹਿੰਦੇ ਮੇਰਾ ਬੇਟਾ ਉਸਕਾ ਨਾਮ ਵੀ ਕਾਸ਼ਪ ਹੈ ਜੈਸੇ ਵਾਸਿਫ ਸਾਹਿਬ ਦੇ ਬੇਟੇ ਦਾ ਨਾਮ ਕਾਸ਼ਪ ਅੱਛਾ ਉਹਨੇ ਕਿਹਾ ਉਹ ਮੇਰੇ ਬੇਟਾ ਉਹ ਬੜਾ ਬਿਮਾਰ ਹੈ ਉਸਕੀ ਕੈਂਸਰ ਹੈ ਰੀੜ ਕੀ ਹੱਡੀ ਮੇਂ ਇਹ ਉਹ ਉਸਕਾ ਬੜਾ ਇਲਾਜ ਮੁਆਲਜਾ ਮਤਲਬ ਉਹ ਆਰਾਮ ਨਹੀਂ ਆ ਰਿਹਾ ਦਿਨ ਬਾ ਦਿਨ ਉਹ ਕਮਜ਼ੋਰ ਹੁੰਦਾ ਜਾ ਰਿਹਾ ਔਰ ਹਮ ਦਰ ਇਲਾਜ ਮੁਆਲਜਾ ਸਾਰਾ ਜੋ ਵੀ ਵਸਾਇਲ ਹੈ ਤੋ ਉਹ ਉਸਕੋ ਮਗਰ ਆਰਾਮ ਨਹੀਂ ਆ ਰਿਹਾ ਉਹ ਕਹਤੇ ਹੈ ਕਿ ਰਾਤ ਕੋ ਮੁਝੇ ਵਾਸਿਫ ਸਾਹਿਬ ਖਾਬ ਮੇਂ ਆਏ ਯਾ ਮੁੰਨੂ ਭਾਈ ਹੈ ਪਰ ਮੁਝੇ ਉਹ ਸੁਣਾ ਰਿਹਾ ਬਾਤ ਸੁਣੀ ਸੁਣਾਈ ਨਹੀਂ ਮੈਂ ਬਾਤ ਕਰ ਰਿਹਾ ਔਰ ਇਸੀ ਘਰ ਕੇ ਬਾਹਰ ਆ ਕੇ ਆਪਣੀ ਗਾੜੀ ਮੇਂ ਗਾੜੀ ਉਹਨਾਂ ਨੇ ਰੋਕੀ ਔਰ ਹਮ ਘਰ ਮੇਂ ਕਾਸ਼ਿਫ ਕੇ ਵਾਲੇ ਤੇ ਬੜੇ ਪਰੇਸ਼ਾਨ ਹੈ ਕਿ ਇਹ ਬੰਦਾ ਤੋ ਵਾਸਿਫ ਸਾਹਿਬ ਨੇ ਮੁਝੇ ਨਾ ਬੁਲਾਇਆ ਔਰ ਆਪਣੀ ਗਾੜੀ ਮੇਂ ਬਿਠਾਇਆ ਔਰ ਉਹ ਕਹਤੇ ਹੈ ਯਾਰ ਇੱਕ ਹਕੀਮ ਸਾਹਿਬ ਹੈ ਬੜੇ ਅੱਛੇ ਚਲੋ ਉਨਕੇ ਪਾਸ ਚਲਤੇ ਹੈ ਉਸੇ ਕਾਸ਼ਿਫ ਕਾ ਇਲਾਜ ਪੁੱਛਤੇ ਹੈ ਵਾਹ ਵਾਹ ਮੁੰਨੂ ਭਾਈ ਕਹਿ ਰਹੇ ਮੈਂ ਉਸ ਗਾੜੀ ਮੇਂ ਬੈਠਾ ਅੱਛਾ ਔਰ ਮੁਝੇ ਵਾਸਿਫ ਸਾਹਿਬ ਲੈ ਗਏ ਕਿਸੀ ਦਿਹਾਤੀ ਮਾਹੌਲ ਦਾ ਔਰ ਜੋ ਹਕੀਮ ਸਾਹਿਬ ਥੇ ਉਹ ਵੀ ਕੋਈ ਦੇਸੀ ਕਿਸਮ ਕੇ ਹਕੀਮ ਥੇ ਠੀਕ ਤੋ ਵਾਸਿਫ ਸਾਹਿਬ ਨੇ ਉਹਨੇ ਕਹਾ ਕਿ ਜੀ ਇਹ ਕਾਸ਼ਿਫ ਬੜਾ ਬਿਮਾਰ ਹੈ ਜੋ ਮੁੰਨੂ ਭਾਈ ਕੇ ਬੇਟੇ ਤੋ ਇਸਕੇ ਲਈ ਤੋ ਉਹਨੇ ਇੱਕ ਵਜ਼ੀਫਾ ਪੜ੍ਹਨੇ ਕੇ ਲਈ ਦਿਆ ਠੀਕ ਹੈ ਔਰ ਉਹ ਹਮ ਵਾਪਸ ਆ ਗਏ ਘਰ ਮੇਰੀ ਕਹਿੰਦੇ ਮੈਂ ਬੇਦਾਰ ਹੁਆ ਮੇਰੀ ਆਂਖ ਖੁੱਲੀ ਤੋ ਉਹ ਮੈਨੇ ਕਿਹਾ ਯਾਰ ਇਹ ਵਾਸਫ ਸਾਹਿਬ ਨੇ ਵਜ਼ੀਫਾ ਬਤਾਇਆ ਤੋ ਮੈਨੇ ਆਪਣੀ ਬੇਗਮ ਕੋ ਕਹਾ ਕਿ ਰਾਤ ਕੋ ਭਾਈ ਖਾਬ ਅਭੀ ਵਾਸਫ ਸਾਹਿਬ ਖਾਬ ਮੇਂ ਮਿਲੇ ਹੈ ਤੋ ਉਹ ਮੁਝੇ ਲੈ ਕੇ ਗਏ ਹੈ ਔਰ ਗਾੜੀ ਮੇਂ ਤੋ ਉਧਰ ਇੱਕ ਬਾਬਾ ਜੀ ਸੇ ਮੁਲਾਕਾਤ ਕਰਾਈ ਹੈ ਕੀ ਉਹਨਾਂ ਨੇ ਨਾ ਜੀ ਇਹ ਵਜ਼ੀਫਾ ਦਿੱਤਾ ਤੋ ਮੁੰਨੂ ਭਾਈ ਕਹਤੇ ਮੁਝੇ ਇਨ ਵਜ਼ੀਫੋਂ ਕਾ ਕੋਈ ਨਹੀਂ ਪਤਾ ਮਗਰ ਮੇਰੀ ਬੇਗਮ ਕੇ ਪਾਸ ਵਜ਼ੀਫੋਂ ਕੀ ਕਿਤਾਬ ਹੈ ਤੋ ਉਸਨੇ ਦੇਖਾ ਇਹ ਵਜ਼ੀਫਾ ਇਸਕੇ ਉੱਪਰ ਲਿਖਾ ਹੁਆ ਹੈ ਕਿਤਾਬ ਕੇ ਅੰਦਰ ਰਜ਼ਾਇਸ਼ ਕੀ ਬਹੁਤ ਅੱਛਾ ਬਹੁਤ ਅੱਛਾ ਠੀਕ ਹੈ ਤੋ ਵੋ ਫਿਰ ਹਮ ਕੋ ਜਬ ਬੱਚੇ ਕੋ ਕਹਾ ਗਈ ਇਹ ਪੜੋ ਤੇ ਕੋ ਪੜਨੇ ਮੇਂ ਯਾਨੀ ਵੋ ਬਿਹਤਰ ਅੱਛਾ ਇਹ ਬਾਤ ਹੋਈ ਤੋ ਉਨਕਾ ਜੋ ਘਰ ਹੈ ਉਸਕੇ ਤੋ ਮੈਨੇ ਕਹਾ ਜੀ ਆਪਕੋ ਅਬ ਮੈਂ ਨਾ ਜੀ ਆਪਕੋ ਜੇ ਡਰਾਪ ਕਰਕੇ ਤੋ ਮੈਂ ਵਾਸਿਫ ਸਾਹਿਬ ਕੋ ਸਲਾਮ ਕਰਕੇ ਵਾਪਸ ਜਾਊਂਗਾ ਇਹ ਰਾਤ ਦਾ ਕੋਈ 12 ਕਾ ਟਾਈਮ ਗੁਜਰਾ ਵਾਲਾ ਸੀ ਰਾਤ ਕੀ ਸ਼ਿਫਟ ਕੋ ਸ਼ਾਮ ਥੀ ਤੋ ਉਹ ਛੋੜਤੇ ਮੈਂ ਖਾਣੇ ਕੇ ਬਾਅਦ ਮੈਂ ਕਿ ਉਧਰ ਤੋ ਮੈਨੂੰ ਭਾਈ ਘਰ ਜਾਣੇ ਕੀ ਬਜਾਏ ਮੈਨੂੰ ਕਹਤੇ ਹੈ ਕਿ ਚਲੋ ਮੈਂ ਵੀ ਤੁਹਾਡੇ ਸਾਥ ਵਾਸਫ ਸਾਹਿਬ ਕੋ ਸਲਾਮ ਕਰਨੇ ਜਾ ਰਿਹਾ ਹਾਂ ਠੀਕ ਹੈ ਹਮ ਜਨਾਬ ਵਾਸਫ ਸਾਹਿਬ ਕੇ ਦਰਬਾਰ ਤੇ ਆ ਵਾਹ ਵਾਹ ਠੀਕ ਹੈ ਅਬ ਮੈਨੂੰ ਭਾਈ ਨੇ ਕੋ ਮੈਨੂੰ ਵਜ਼ੀਫਾ ਨਹੀਂ ਬਤਾਇਆ
मगर मेरे अंदर वो तजस्सुस इतनी लंबी बात बताई है तो यार ये वजीफा बता देते, मगर मैंने नहीं पूछा। मैं कहा ठीक है अगर बताना होगा, मगर मेरे अंदर सवाल या तजस्सुस जरूर पैदा हुआ। मैं जाके वासिम साहब के वो उधर कदम बोसी की सलाम किया, मगर मुन्नू भाई को मैंने देखा कि उन्होंने मेरी तरह तो उधर कदम बोसी ना की, ठीक है, बस उन्होंने खड़े होके सलाम किया। मगर मैंने अब मैं क्या महसूस कर रहा हूँ, जितनी देर मैं खड़ा हूँ दरबार शरीफ के कदमों की तरफ, मुन्नू भाई ने गैर महसूस तरीके से अपनी हाजिरी इस तरह लगाई कि उन्होंने वासु साहब के मजार शरीफ का तवाफ करना शुरू कर। मैं देख रहा हूँ, महसूस कर रहा हूँ, मैं मुन्नू भाई बता रहे कि मैं अडोल अडोल काम करना पड़ा, पर मैं जज समझ गया। तो वो इसी तरह ना जी, इतनी देर में खड़ा हूँ ना जी, तो वासिफ साहब के वो मजार या कब्र मुबारक के इर्द गिर्द जो है ना वो तवाफ कर रहे हैं। अच्छा, तो आप कह रहे हैं अब मैं मेरे अंदर वो अभी क्वेश्चन है कि वजीफा मुन्नू भाई ने जो मिला है तो ये बड़ी कीमती चीज है। अब ये इस ख्याल के साथ मैं वासिफ साहब से ख्याल पेश अपना कर रहा हूँ कि वो वजीफा नहीं मुन्नू भाई ने बताया। अब देखिये वासिफ साहब का तसरुफ और वासिफ साहब का मुन्नू भाई से ताल्लुक, वाह ठीक है, मुन्नू भाई वो करके तो मेरे पास आके खड़े हो जाते हैं, तो आके कहते हैं मैं तुझे वजीफा बताने लगा कहते मैं तुम्हें वजीफा बताने लगा। फिर उन्होंने जब खड़े खड़े मुझे वजीफा बताया, और वजीफा मैं आपको बताता हूँ, उन्होंने कहा कि या सलाम हो या तबीब हो या कभी, अच्छा मुन्नू भाई का फोन आ गया, खरिये से पहुंच गए,